मनवाल चौक शॉपकीपर एसोसिएशन की ओर से शिवरात्रि के उपलक्ष्य में भंडारे का आयोजन किया गया, जिसमें मुख्य अतिथि के रूप में डॉक्टर एमएल अत्री उपस्थित हुए, जिन्होंने इस भंडारे का आरंभ किया और इसमें लोगों ने भाग लेकर भंडारे का प्रसाद ग्रहण करते हुए स्वर मंगल की कामना भी की। ਮਾਲ ਬਾਗ ਮੇਰੇ ਹਸਪਤਾਲ ਦੇ ਨਾਲ ਮੇਰੇ ਭਰਾ ਜਿਹੜੇ ਦੁਕਾਨਦਾਰ ਹੈ ਜੋਨੀ ਹੋ ਗਿਆ ਵਿਸ਼ਾਲ ਹੋ ਗਿਆ ਸੋਨੂ ਹੋ ਗਿਆ ਇਹਨਾਂ ਨੇ ਅੱਜ ਸ਼ਿਵਰਾਤਰੀ ਦੇ ਉੱਤੇ ਬਹੁਤ ਹੀ ਵਧੀਆ ਪ੍ਰਸ਼ਾਦ ਦੇ ਰਹੇ ਹਨ ਲੋਕਾਂ ਨੂੰ ਜੋ ਕਿ ਪ੍ਰਸ਼ਾਦ ਗ੍ਰਹਿਣ ਕਰ ਰਹੇ ਨੇ ਅਸੀਂ ਸਾਰੇ ਜਾਣੇ ਅੱਜ ਮਹਾਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਭੋਲੇ ਸ਼ੰਕਰ ਅੱਗੇ ਸ਼ਿਵ ਸ਼ੰਕਰ ਅੱਗੇ ਇਹੀ ਪ੍ਰਾਰਥਨਾ ਹੀ ਕਰਦੇ ਹਾਂ ਕਿ ਸਾਡਾ ਸਾਰਾ ਸੰਸਾਰ ਜਿਹੜਾ ਸੁਖੀ ਸ਼ਾਂਤੀ ਔਰ ਆਰਾਮ ਨਾਲ ਰਹੇ ਔਰ ਦੂਸਰੀ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਭੋਲੇ ਸ਼ੰਕਰ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਸਾਡੇ ਬੱਚੇ ਸਟੂਡੈਂਟ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਕਿਰਪਾ ਕਰੋ ਉਹ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਵਾਪਸ ਆਉਣ ਇੱਕ ਵਾਰੀ ਸਾਡੇ ਵੱਲੋਂ ਫਿਰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੈ ਭੋਲੇ ਸ਼ੰਕਰ ਹਰ ਹਰ ਮਹਾਦੇਵ। फास्टवे पठानकोट की हर खबर को सोशल मीडिया पर देखने के लिए आप फास्टवे न्यूज़ पठानकोट के यूट्यूब चैनल फेसबुक पेज को लाइक कीजिए, ट्विटर और इंस्टाग्राम पेज को फॉलो कीजिए और फास्टवे न्यूज़ पठानकोट यूट्यूब चैनल को सब्सक्राइब करना ना भूलें।